एड्डा वड्डा ऑनस्लॉट जिहड़ा लोकां ते हमला मोदी जी दी अगवाई विच होना ये एक छोटी गल नहीं, उन्हां दे अरमानां दा सत्यानाश। दो नौजवानों की गलती तक ना है जो समझिए कि एक साधारण गलती है, पूरी की पूरी मूवमेंट को दूजे पास ले जाने वाली गल। पहला गैंगस्टर आ हुण साडा राजनीतिक हित हो गया, मैनू नहीं लगता वो लाल किले पहुंचा। पहला आप फिल्मां बनाउने आ, फिर आपां नूं फिल्मां दे विच नहीं चलियां जां जो भी हो ते ओह ही जानण, फिर कहिंदे कि हुण इधर नूं आ जाना चाहिए। रुक जाओ तुसी, क्यों इदा हाबड़ा सत्ता दा लगा होया इन्हां नूं। एक होर भी बंदा हैगा वा, वह भी कोई मैनू उहदा नाम भुल जांदा, वड्डी उम्र दे हैगे, वह भी फिल्मां दे विच काम करदे, जदों स्टेज ते चढ़दे 117 बंदे खड़े कर लो जी, इह मखौल डाउणे तुसी मूवमेंट दा। जां जिहड़े सिखां दे अज तक उहनां नाल धक्का हुंदा आ, इसे मूवमेंट चों ही कढ के ते हुण असीं अगे लै के जाणा। दोबारा कोई दीप सिद्धू ना हो जे होर पैदा हो जाए नहीं, ओ फिर मैं और सानू कोई चिंता नहीं है, ओदा डर हैगा जीवन दे नालों, अणख दे नाल सड़कां दे उत्ते गोली खा के मरना कोई बुरी गल। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਇਸ ਪੰਜਾਬੀ, ਮੈਂ ਜਿੰਦੀ ਮਰਚਣੀ ਅਤੇ ਇੱਕ ਵਾਰ ਫਿਰ ਲੈ ਕੇ ਹਾਜ਼ਰ ਹੋ ਗਈ ਹਾਂ ਹੋਟਲਾਈਨਸ 'ਤੇ। ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਹੋਟਲਾਈਨਸ ਦੇ ਵਿੱਚ ਆਪਾਂ ਪੱਖਵੇਂ ਮੁੱਦੇ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਕਰੀਦੀ ਆ ਚਰਚਾ, ਵਿਚਾਰ ਚਰਚਾ। ਅਤੇ ਵਿਚਾਰ ਚਰਚਾ ਜਿਹੜੀ ਹੈਗੀ ਆ ਅੱਜ ਅਸੀਂ ਸੱਦੇ ਹੋਏ ਆ ਕਰਨ ਵਾਸਤੇ ਪ੍ਰੋਫੈਸਰ ਮਨਜੀਤ ਸਿੰਘ ਜੀ, ਅਤੇ ਕਰਦੇ ਹਾਂ ਉਹਨਾਂ ਦਾ ਨਿੱਘਾ ਸਵਾਗਤ ਅਤੇ ਕਰਦੇ ਹਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ। ਹਾਂਜੀ, ਸਤਿ ਸ਼੍ਰੀ ਅਕਾਲ ਮਨਜੀਤ ਜੀ, ਕੀ ਹਾਲ ਚਾਲ? ਹਾਂਜੀ, ਅਤੇ ਨਿੱਘਾ ਸਵਾਗਤ ਤੁਹਾਡਾ, ਬਹੁਤ ਬਹੁਤ ਧੰਨਵਾਦ ਸਾਨੂੰ ਆਪਣਾ ਕੀਮਤੀ ਟਾਈਮ ਦੇਣ ਵਾਸਤੇ। ਤੁਹਾਡਾ ਵੀ ਸ਼ੁਕਰੀਆ ਜੀ। ਅਤੇ ਪ੍ਰੋਫੈਸਰ ਸਾਹਿਬ, ਆਪਾਂ ਗੱਲ ਕਰਦੇ ਹਾਂ ਜਿੱਦਾਂ ਕਿਸਾਨੀ ਮੁੱਦਿਆਂ ਦੀ, ਅਤੇ ਜਦੋਂ 26 ਤਰੀਕ ਦਾ ਆਪਾਂ ਕਹਿ ਲਈਏ ਮਿਸ ਹੈਪਨਿੰਗ ਹੋਈ ਆ, ਜਾਂ ਆਪਾਂ ਕਹਿ ਲਈਏ ਕਿ ਇਹ ਇੰਸੀਡੈਂਟ ਹੋਈ ਆ, ਉਸ ਤੋਂ ਬਾਅਦ ਜਿਹੜੇ ਕਿਸਾਨ ਆਗੂ ਸੀ ਉਹਨਾਂ ਦੇ ਵਿੱਚ ਵੀ ਕੁਛ ਗੁੱਸਾ, ਕਿਸੇ ਹੱਦ ਤੱਕ ਜਿਹੜਾ ਗੁੱਸਾ ਸੀਗਾ ਕਿ ਜਿਹੜਾ ਕਿਸਾਨੀ ਅੰਦੋਲਨ ਨੂੰ ਥੋੜ੍ਹੀ ਕਿੱਟਾ ਲੱਗਣ ਵਾਲੀ ਗੱਲ ਹੋ ਗਈ, ਕਿਉਂਕਿ ਬਹੁਤ ਵੱਡਾ ਆਪਾਂ ਕਹਿ ਲਈਏ ਪੁਸ਼ਬੈਕ ਹੋ ਗਈ ਆ ਕਿਸਾਨੀ ਅੰਦੋਲਨ ਨੂੰ। ਅਤੇ ਹੁਣ ਵਾਪਸ ਜਿਹੜੀਆਂ ਰੋਸ ਪ੍ਰਗਟਾਵੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਸੀਗੇ ਕਿਸਾਨ ਆਗੂਆਂ ਦੇ ਖਿਲਾਫ ਕਿ ਤੁਸੀਂ ਲੱਖੇ ਸਿਧਾਣੇ ਦੀ ਜਾਂ ਦੀਪ ਸਿੱਧੂ ਦੀ ਅਗਵਾਈ ਜਿਹੜੀ ਹੈਗੀ ਪੈਰਵਾਈ ਨਹੀਂ ਕਰ ਰਹੇ, ਉਹਨਾਂ ਨੂੰ ਤੁਸੀਂ ਪਿੱਛੇ ਧੱਕ ਰਹੇ ਆ। ਅਤੇ ਹੁਣ ਜਿਹੜੀ ਹੈਗੀ ਆ ਕੁਛ ਕੁ ਜਿਹੜੇ ਆਪਾਂ ਕਹਿ ਲਈਏ ਕਿਸਾਨ ਆਗੂ ਆ, ਉਹਨਾਂ ਨੇ ਡਿਸਾਈਡ ਕੀਤਾ ਕਿ ਲੱਖਾ ਸਿਧਾਣਾ ਜਿਹੜਾ ਹੈਗਾ ਉਹਦੀ ਮੁੜ ਜਿੱਦਾਂ ਅੰਦੋਲਨ ਦੇ ਵਿੱਚ ਸਟੇਜ ਦੇ ਉੱਪਰ ਇੰਟਰੀ ਹੋਣੀ ਚਾਹੀਦੀ, ਕਿਉਂਕਿ ਆਪਾਂ ਨੂੰ ਜਿੱਦਾਂ ਪਤਾ ਹੀ ਹੈ ਕਿ ਦੀਪ ਸਿੱਧੂ ਤਾਂ ਇਸ ਵੇਲੇ ਜੇਲ੍ਹ ਦੇ ਵਿੱਚ ਆ ਅਤੇ ਉਹ ਤਾਂ ਨਹੀਂ ਆ ਸਕਦਾ। ਅਤੇ ਹੁਣ ਇਸ ਟਾਈਮ ਜਿਹੜੀ ਲੱਖੇ ਸਿਧਾਣੇ ਦੀ ਡਿਸੀਜਨ ਇਹਨਾਂ ਨੇ ਲਈ ਆ ਕਿ ਉਹਨਾਂ ਨੂੰ ਵਾਪਸੀ ਹੋਣੀ ਚਾਹੀਦੀ ਆ, ਈਵਨ ਦੋ 25 ਤਰੀਕ ਨੂੰ ਵੀ ਲੱਖੇ ਸਿਧਾਣੇ ਨੇ ਵੀ ਜੋ ਥੋੜ੍ਹੀਆਂ ਗਲਤੀਆਂ ਕੀਤੀਆਂ ਸੀ ਸਟੇਜ ਤੋਂ ਉਹਦੇ ਬਾਵਜੂਦ ਵੀ ਜਿਹੜੀ ਇਹਨਾਂ ਨੇ ਇੱਕ ਡਿਸੀਜਨ ਲਈ ਆ, ਤੁਹਾਡੇ ਖਿਆਲ ਦੇ ਵਿੱਚ ਕੀ ਇਹ ਇਹਨਾਂ ਨੇ ਫੈਸਲਾ ਜੋ ਕੀਤਾ ਸਹੀ ਕੀਤਾ? ਪਹਿਲਾਂ ਮੈਂ ਸ਼ੁਰੂ 'ਚ ਇਹ ਦੱਸ ਦਿਆਂ ਕਿ ਇਹ ਜਿਹੜਾ ਕਿਸਾਨ ਅੰਦੋਲਨ ਆ ਇਹ ਸਧਾਰਨ ਕਿਸਾਨ ਅੰਦੋਲਨ ਨਹੀਂ। ਹਾਂਜੀ, ਜਿਹੜਾ ਗਲੋਬਲ ਪੂਰਾ ਕੈਪੀਟਲ ਹੈਗਾ ਉਹਦਾ ਇੱਕ ਲਿਬਰਲ ਐਟੀਚਿਊਡ ਜਾਂ ਜਿਹੜੀ ਤੁਸੀਂ ਆਧਾਰਵਾਦੀ ਨੀਤੀਆਂ ਉਹਨਾਂ ਦਾ ਮੁਕਾਬਲਾ ਕਰਨਾ ਜਿਹੜਾ ਸਾਰੀ ਦੁਨੀਆ 'ਚ ਲੋਕ ਕਿਤੇ ਕਰ ਨਹੀਂ ਸਕੇ। ਸਹੀ ਆ, ਤੁਹਾਨੂੰ ਪਤਾ ਪਿੱਛੇ ਜੇ ਆਕੂਪਾਈ ਵਾਲ ਸਟਰੀਟ ਦੀ ਮੂਵਮੈਂਟ ਚੱਲੀ ਸੀ, ਵੀ ਆਰ 99%, ਇਹਦਾ ਮਤਲਬ ਕੀ ਸੀ? ਉਹ ਇਹੀ ਸੀ ਜੋ ਕਿਸਾਨ ਅੱਜ ਕਰ ਰਹੇ। ਹਾਂਜੀ, ਇਸੇ ਤਰੀਕੇ ਨਾਲ ਦੂਜੇ ਦੇਸ਼ਾਂ ਦੇ ਵਿੱਚ ਵੀ ਗਾਹੇ ਬਗਾਹੇ ਮੂਵਮੈਂਟਾਂ ਇਹੋ ਜਿਹੀਆਂ ਉੱਠ ਰਹੀਆਂ, ਲੋਕ ਪਰੇਸ਼ਾਨ ਆ, ਸਰਮਾਇਆ ਸਾਰਾ ਕੁਛ ਕੁ ਗਿਣਤੀ ਦੇ ਲੋਕਾਂ ਦੇ ਕੋਲ ਚਲਾ ਗਿਆ, ਤੇ ਲੋਕ ਸਾਰੇ ਰੋਜ਼ ਉਹਨਾਂ ਦੇ ਕਾਰੋਬਾਰ ਤਬਾਹ ਹੋ ਰਹੇ ਆ, ਕੋਈ ਨੌਜਵਾਨ ਬੇਰੁਜ਼ਗਾਰ ਹੋ ਰਹੇ ਆ। ਏਡਾ ਵੱਡਾ ਆਨਸਲਾਟ ਜਿਹੜਾ ਲੋਕਾਂ 'ਤੇ ਹਮਲਾ ਮੋਦੀ ਜੀ ਦੀ ਅਗਵਾਈ ਵਿੱਚ ਹੋਣਾ, ਔਰ ਮੋਦੀ ਜਿਹਦੇ ਦੇ ਕੁਛ ਤਾਂ ਬਲਾਈਂਡ ਫਾਲੋਅਰ ਹੋਣ, ਕੁਛ ਉਹਦੇ ਤੋਂ ਡਰਦੇ ਇੰਨੇ ਹੋਣ ਕਿ ਮੂੰਹ ਨਾ ਖੋਲ੍ਹਦੇ ਹੋਣ, ਉਹਨਾਂ ਹਾਲਾਤਾਂ ਵਿੱਚ ਜਾਣੀ ਤੁਸੀਂ ਸਮਝੋ ਕਿ ਇੱਕ ਡਰ, ਭੈ, ਨਫ਼ਰਤ ਅਤੇ ਕਾਲੇ ਦੌਰ ਦੇ ਵਿੱਚ ਖੜ੍ਹੇ ਹੋ ਜਾਣਾ ਐਡੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ, ਇਹ ਇੱਕ ਛੋਟੀ ਗੱਲ ਨਹੀਂ, ਇਹ ਬਹੁਤ ਵੱਡੀ ਗੱਲ ਆ। ਅਜੇ ਸਾਨੂੰ ਇਹਦੀ ਇੰਪੋਰਟੈਂਸ ਭਾਵੇਂ ਨਾ ਪਤਾ ਲੱਗੇ, ਲੇਕਿਨ ਆਉਣ ਵਾਲੇ ਸਮੇਂ 'ਚ ਸਾਨੂੰ ਇਹਦਾ ਪੂਰਾ ਪਤਾ ਲੱਗੇ। ਦੂਜਾ, ਜਿਹੜਾ ਮੀਡੀਆ ਵਾਰ ਵਾਰ ਨੌਜਵਾਨ ਲੀਡਰ ਲੱਖਾ ਸਿਧਾਣਾ, ਨੌਜਵਾਨ ਸਿੱਧੂ, ਬਈ ਅਸੀਂ ਵੀ ਕਦੀ ਨੌਜਵਾਨ ਸੀਗੇ, ਹਾਂ ਇਹੋ ਜਿਹੀ ਕੋਈ ਗੱਲ ਨਹੀਂ। ਕੀ ਬਾਕੀ ਜਿਹੜੇ ਉਹਨਾਂ ਦੇ ਪਿੱਛੇ ਨਹੀਂ, ਉਹ ਨੌਜਵਾਨ ਉਹਨਾਂ 'ਚ ਹੈ ਨਹੀਂ, ਬਹੁਤ ਵੱਡੀ ਗਿਣਤੀ 'ਚ ਨੌਜਵਾਨ ਹੈਗੇ ਜਿਹੜੇ ਲੱਖੇ ਸਿਧਾਣੇ ਜਾਂ ਦੀਪ ਸਿੱਧੂ ਦੇ ਪਿੱਛੇ ਨਹੀਂ ਹੈ। ਰਾਦਰ ਉਹ ਇਹ ਵੀ ਕਹਿਣਗੇ ਕਿ ਇਨ ਜੋ ਇਹ ਚਾਹੁੰਦੇ ਆ ਉਹ ਅਸੀਂ ਨਹੀਂ ਚਾਹੁੰਦੇ, ਇਸ ਲਈ ਇੰਝ ਗੱਲ ਨੂੰ ਪੇਸ਼ ਕਰ ਦੇਣਾ
कि नौजवान तो सारे लखे सिधाने दीप सिद्धू के पिछे है, बाकी बुढ़े बुढ़े जेडे किसानों के पिछे, इस तरह गल सही नहीं है जी। तीजी गल जी मैं ये कहूँगा कि देखो अणजाने कोई गलतियां हो जाएँ उसनू लाइटली तुसी लै सकते हो, साढ़े बच्चे भी करते हैं, साढ़े नौजवान भी करते हैं, तो माँ बाप उन्हें समझा बुझा के कि काका गांह तो नहीं करना, जां काकी बच्ची ने गांह तो नहीं करना, बिच लै लीते कोई एहो जी गल नहीं, समझा के तुरदी है लाइफ इंजी तुरदी। पर इत्थे एक डिजाइन के तहत किया गया, तुसी इस गल नू तो फर्क पाओगे ना, समझाउण दे बावजूद कहण दे बावजूद कई दिन ट्राली कली कली च जा के एक कला लखा लखे की तो नहीं उन्नी गल जिन्ना दीप सिद्धू जां एक यूनियन भी मैं इतने ना लेना ठीक नहीं समझू क्योंकि दोबारा उन्होंने समझा बुझा के दोबारा ले लिया, पर वो यूनियन तो उन्होंने नौजवान विंग इस गल च लगे रहे कि तुसी जी रिंग रोड वाल जाना, रिंग रोड वाल जाना, इन्ना पिछे नहीं जाना। एक कोई होर यूनियन भी सी जिन्हां ने जिद करके समझाउण दे बावजूद भी नहीं उधर नूं गए, उधर रिजल्ट जो निकले आप सारे एक बहुत वड्डे कलूकारे होने तो असी बच गए। जेडे कल उदन 26 दे दिन नूं सवेरे दुपहरे ये गल कह रहे सीगे दोपहर तक कट्ठे ऐन बुढ़े जोश दे विच हरियाणा ते पंजाब वाले एक दूजे लई जानी जान देण लई तैयार सी, उसे किस्म दा प्यार, एक पासे सर छोटू राम दे पोस्टर लगा ते दूजे पासे शहीद भगत सिंह दा लगा, ए तुसी साडे असी ताडे छोटे भरा दुद्ध उत्थों सब्जियां उत्थों, मतलब एक ऐन बड़ी देर बाद साडा आपसी प्यार ने हरियाणा अलग ते पंजाब अलग दिखा। ओवरनाइट ये होया कि उन्होंने अखां फेर लईआं, जे थोड़ी अग होर लग जांदी ते हालात ये बनने सीगे कि पता नहीं की होता। दिल्ली वाले लोग साढ़े वीर दो दिन सुते नहीं, हुण सारा मीडिया बार बार ये सवाल करता, चलो जी कोई गल नहीं जी, हाँ जी की वो बंदे भावें वो यूनियन जेड़ियाँ जिन्ह ने उधर नू फैसला करके रोकण दे बावजूद भी उधर नू गए, और भावें लखा सिधाणा जगदीप सिद्धू कि उस शिद्दत नाल और एड्डी वड्डी जिहड़े उहदे जड़ा कोई जानी खून खराबा होने के चांस बने हुए या मूवमेंट की बिल्कुल खत्म मूवमेंट, वो तो आखिरी मूवमेंट तो तुम्हें पता टिकायत वाले जो अथरू करे जो पंजाबी उत्थे खड़े हो गए कहते तू हिलना नहीं, तू रेस्ट नहीं देनी, देखते हैं कड़ा होंगे, उतो पुलिस पिछे गई। जे वो टर्निंग पॉइंट ना होंदा सारी मूवमेंट की हवा बनी बनाती भी निकल गई थी, किन्ने लखा करोड़ों लोगों की दुनिया विदेश विदेश में उन्होंने अरमाना का सत्यानाश बराबर हो जाने से। इनू आप एक दो नौजवानों की गलती तक ना है समझिए कि एक सधारण गलती है, ये तो पूरी की पूरी मूवमेंट को दूजे पास ले जाने वाली गल सी। दूजे पास हुण जी उन्होंने पिछे नौजवान ये गल कहिंदे तुहाडा सवाल है कि वह कहिंदे लो जी इन्हां नूं क्यों नहीं लैना जी, वो नौजवान उन्होंने भी तो समझाउण ना भी तुसी मुड़के नहीं करना, ब्याह जो करन लगे सीगे भी ठीक है तुहाडे च जवानी का जोश हैगा सारा कुछ हैगा, और पर आपां किसानां दी लीडरशिप च चलना कोई रोकदा। मैं आई विटनेस हाँ बहुत सारिया चीज़ों का, भावें दीप सिद्धू है लखा सिधाणा एक दिन स्टेज पर वह भी सी मम्मी सी जो स्टेज पर होया, मैं वह चश्मदीद गवाह है ठीक है जी, तुमने 25 तरीक की गल कर रहे हो पहले दी उदों नहीं उदों पहला दी गल है ठीक, 25 जनवरी की नहीं यह उदों एक महीना पहला दी गल है तकरीबन, उदों भी स्टेज पर कुछ यहोजा होया मैं उत्थे सी, इन्होंने कहा कि स्टेज तो कि मैं फिर नहीं तो स्टेज लग ला लेना जो मैं खुला टाइम नहीं देना बाकी वागू घट टाइम देना, तो जो ही स्टेज तो उतरिया तो सारे फॉलोअर उसके नाल ही परां एक पासे नहीं चले गए। ये गल्लां ठीक नहीं, असी जाने हुण मैं प्रोफेसर हाँ वो किसान हैगे आ, आपां नूं निम्रता नाल जाना चाहिए ना, उन्हां दी लीडरशिप नूं क्यों ना मनीए बई जिन्हां ने सारी उम्र कुर्बानियां कीतियां सारी जिंदगी किसान मूवमेंट चला दी है जेलां भी कट्टियां किसी ने कुछ किसी ने कुछ, आपां अचानक कितों उठ के पहला गैंगस्टर हाँ मैं किसी के विरुद्ध उंज निजी तौर पर नहीं कहते, हूँ साडा राजनीतिक हित हो गया हूँ मेरा जी करता कि राजनीति में भी कुछ, पहला आप फिल्मा बनाने फिर आप फिल्मा नहीं चलिया जा जो भी वो तो उ जानन फिर कहने कि हूँ इधर आ जाना चाहिए, आ भी गल चंगी है तो वह जरा पठानकोट वाला एम पी आओ जो बीजेपी का वोदिया गड्डिया चोरी कंपेन भी करते, तो लोगों असी
इस तरह जो जो पब्लिक काम पोलिटिकल देखता वो ते किसानां दे विरोधी पार्टी का देखता ये तो तुसीं मन्नोगे जो फोटुआं दिखियां वो सारा विरोधी पर उदो अलावा सानू ये दसन भी केड़ी वड्डी मूवमेंट इन्होंने इंडिपेंडेंट लड़ के भावें तुसीं किसी की भी एक होर भी बंदा हैगा वा वह भी कोई मैनू वह नाम भुल जाता वड्डी उम्र के है भी फिल्म फिल्मों के काम करते जो स्टेज पर चढ़ते 117 बंदे खड़े कर लो जी सानू साडी हालत यह बनी किसान वीरां दी आप उतों एड्डी वड्डी छौनी पाई चुक के वापस किवें आना बिना मंगा मनाया असं आ नहीं सकते सानू वो दसो ना किवें करिए उल्टा इतने तुहानू स्वाद पिया 117 बंदे लब के खड़े करन दा ये कोई मजाक आ ये मखौल डाउने तुसीं मूवमेंट का क्यों इंज गल्लां करदे आ मैनू समझ नहीं पैंदी इसलिए मैं तुहाडे नाल सहमत हाँ मैं वो साढ़े बच्चे ही आ कोई इहो जिही गल नहीं साढ़े छोटे भरा समझ लो साढ़े बच्चे समझ लो असीं कोई उन्हां विरुद्ध ईर्षा जां वैर नहीं रखते हैं साडी बेनती यह है कि इस मूवमेंट के उत्ते सारी दुनिया दीआं अक्खां और इस मूवमेंट तो सीख के दूसरे देशों के किसान की MSP तय हो रही है फ्रांस या होर सारे कंट्रियों के योजी चर्चा भी चली कई ने पास भी कर इसलिए जो इंपैक्ट एड्डा व्डा हो रहा मैं ना बिच रखिए कि यह आ गया जी फलाना ये आ गया जी ढमकाना यदा झंडा होर उच्चा चुक दो चार नारे ये लगे समुची मानवता जो उत्थे एक मानववादी लहर चली हुई है जिथे किसी का कोई निजी लोभ लालच नहीं है तुसीं कभी इहोजा जो उत्थे जा के देखिया ही है कभी इहोजा वासा जां लोकां दी कंटोनमेंट जां कैंप देखिया जिथे हर चीज़ मुफ्त होवे इहदा अदब नाल दित्ती जांदी होवे इस चीज़ की इज्जत करदी होवे इस एड्डा वड्डा इंतजाम जिहड़ा किसानां ने कीता किन्ने रिसोर्स लगे हुए आ उत्थे थोड़े नहीं बहुत ज़्यादा बिल्कुल परिवार उत्थे बैठे आ घर दे ताडे बच्चे रुल रहे आ पिछे फसलां रुल रही होर सारा इसलिए उन्हां दी इज्जत करते हुए असीं मैं कटाइए और जे निम्रता सहित आओगे तो कौन तुहानूं रोकदा भाई असीं तो कहिंदे काला चोर भी आए ये तो बड़े चंगे बंदे आ कोई भी आए वो कहे कि नहीं जी मैं ठीक है पिछे काला चोर सीगा हुण मैं ठीक हाँ मेरा जी करदा तुहाडी सेवा करन नूं भांडे मांजण नूं भी जी सद के मांज सानूं की आ नौजवान झाड़ू ला नहीं रहे जो भी झाड़ू लाउंदे आ कोई जुत्तियां सी रहा कोई कपड़े सी रहा कोई तुहाडे कपड़े धो रहा सारा सेव सारी चीज़ां दे लंगर लगे कोई लाइब्रेरी खोल के बह गया कोई डॉक्टर बैठे कितना सोहना कि आपां नूं ये गल्लां कदी साडे दिल दे साडे ज़हन दे विच मूव नहीं करदियां कि सारी दुनिया दे विच कोई अवधा समाज नहीं है जिहड़ा गुरु नानक देव जी ने कदी चितवे अपने मन विच उस नूं लिया के धरती ते खड़ा करता जावे और जिहड़ा कदी गुरु रविदास जी ने बेगमपुरा कहा वह बेगमपुरा वसा के दसता जावे इसलिए मेरी इन्हां वीरां नूं बेनती हैगी है कि चोणां बड़ी छोटी गल है सत्ता चाहना बहुत ही छोटी गल है इन्निया नगूनिया बेतुकिया गल्लां जां प्रपोजल नहीं इत्थे एड्डी वड्डी विशाल मूवमेंट ते एक विशाल समाजिक ते राजनीतिक ते आर्थिक तजर्बे दा जिहड़ा ये उत्थे चल रहा उस तो सीखण ते प्रभावित होण दी जगह आपां चुणा पहला नहीं लगा बैठे ही उहो जी एक होर पार्टी बना लो फिर की होजू उत्थे इन्ना बिना आपां लोभ लालच ते मैं करिए कि असी जिहड़ी उस एड्डी एक विशाल इतिहासिक मूवमेंट आ उसनू छुट्या के देखण लग जाइए मेरा ख्याल है कि दूसरी गल मैं कह के ख़त्म करता तुहाडा दूसरा सवाल लवांगे एक तो ये गल कि इहनू राजनीति नाल जोड़ के नहीं देखना चाहिए जिहड़ी राजनीति जिहड़ी असैंबलियां च MLA बनण वाली ते MP बनण वाली दूजी तो राजनीति है ही है जो तो सीधा मुकाबला से कहने मोदी हराओ मोदी भजाओ तो वो राजनीति है लोक राजनीति करो अपने आप लोगों सशक्त करने की राजनीति करो ना कि अपने आप में लोगों वोटा लैके सशक्त ते दादा बनाने की राजनीति करो एक तो ये तो पर हटन की लोड़ है दूसरी बहुत साढ़े वीर आ क्योंकि देखो उत्थे पाठ हुंदा लंगर लगे होर लगा रह रास दा पाठ भी हुंदा गायत्री मंत्र भी जाए इहोजिहा कुछ हिंदुआं दा भी करते ताकि किसी नूं इंज ना लगे पर तुसीं हुण इहदे तों कहो कि असीं हुण इत्थे कोई खालिस्तान दा एजेंडा कढ़ना जां जिहड़े सिखां दे अज तक उहनां नाल धक्का हुंदा आ इसे मूवमेंट चों ही कढ़ के ते हुण असीं अगे लै के जाणा ये भी गलत गल है।
ਤੁਸੀਂ ਇਸ ਤਰ੍ਹਾਂ ਕਿ ਹੁਣ ਇਹੀ ਵਿੱਚ ਹੋ ਰਹੀਆਂ ਨਾ ਲਗਾਤਾਰ ਗੱਲਾਂ, ਉਹ ਸਾਡਾ ਸਾਨੂੰ ਸਾਰਿਆਂ ਦਾ ਸਤਿਕਾਰ ਆ, ਬੜਾ ਸਾਡਾ ਸਾਡੀ ਜਾਣੀ ਜਿੰਦ ਜਾਨ ਆ, ਕੇਸਰੀ ਜਿਹੜਾ ਨਿਸ਼ਾਨ ਹੈਗਾ ਉਹ ਬੜੀਆਂ ਕੁਰਬਾਨੀਆਂ ਦੇ ਕੇ ਅਤੇ ਉਹ ਸਾਡੇ ਸਾਨੂੰ ਸਿੰਬਲ, ਸਾਡਾ ਉਹ ਸਿੰਬਲ ਆ ਬਹੁਤ ਵੱਡੀਆਂ ਕੁਰਬਾਨੀਆਂ ਦੇ, ਜਿੰਨਾ ਤਿਰੰਗੇ ਲਈ ਦਿੱਤੀਆਂ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਅਸੀਂ ਕੇਸਰੀ ਨਿਸ਼ਾਨ ਲਈ ਦਿੱਤੇ। ਅਤੇ ਜੇ ਅਸੀਂ ਇੱਜ਼ਤ ਕਰਦੇ ਹਾਂ ਉਸ ਦੀ, ਫਿਰ ਉਹਨੂੰ ਇਸ ਤਰ੍ਹਾਂ ਵੀ ਨਾ ਰੋਲਣ ਦੇਈਏ, ਫਿਰ ਅਸੀਂ ਉਹਨੂੰ ਇਸ ਤਰ੍ਹਾਂ ਵੀ ਛੁਟਿਆ ਕੇ ਨਹੀਂ, ਜੇ ਉਹ ਕੰਮ ਕਰਨਾ ਤਾਂ ਉਹਦੇ ਲਈ ਇੱਕ ਅਲੱਗ ਮੂਵਮੈਂਟ ਛੇੜ ਲਓ, ਕੋਈ ਰੋਕਦਾ ਤਾਂ ਅੱਗੇ ਵੀ ਛਿੜੀ ਸੀ, ਆਪਾਂ ਦੇਖ ਹੀ ਲਏ ਉਹਦਾ ਕੀ ਅਸਰ ਹੋਇਆ, ਹੁਣ ਫਿਰ ਛੇੜ ਕੇ ਦੇਖ ਲਓ ਜਿਹਨਾਂ ਦਾ ਜੀ ਕਰਦਾ। ਪਰ ਕਿਸਾਨਾਂ ਦੇ ਘਰ ਜਾ ਕੇ ਤੁਸੀਂ ਆਪਣੇ ਏਜੰਡੇ ਲੈ ਕੇ ਬਹਿ ਜਾਓ, ਇਹ ਧੱਕਾ, ਇਹ ਧਰੋਵਾ, ਇਹ ਬੇਈਮਾਨੀ ਆ, ਇਹ ਸਿਆਣਪ ਨਹੀਂ ਹੈਗੀ। ਅਤੇ ਗੱਲ ਆਪਾਂ ਉੱਥੇ ਹੀ ਕਰਦੇ ਹਾਂ ਕਿ ਦਾ ਲੱਖਾ ਸਧਾਰਨਾ ਤਾਂ ਡਿਸਾਈਡ ਕਰ ਲਿਆ ਆ ਕਿ ਉਹਦੀ ਜਿਹੜੀ ਇੰਟਰੀ ਹੋਣੀ ਆ। ਤੁਹਾਨੂੰ ਵਿੱਚੋਂ ਹੀ ਟੋਕ ਕੇ ਮੈਂ ਮਾੜਾ ਜਿਹਾ ਕਰੈਕਟ ਕਰਦੇ ਹਾਂ, ਮੇਰਾ ਖਿਆਲ ਹੈ ਕਿ ਜਿਹੜੀ ਮੈਂਬਰਾਂ ਦੀ 3 ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਰਿਕਮੈਂਡ ਕਰਤਾ ਹੋਊਗਾ। ਕੱਲ੍ਹ ਮੈਂ ਪ੍ਰੈਸ ਕਾਨਫਰੰਸ 'ਚ ਰਾਜੇਵਾਲ ਨੂੰ ਕਹਿੰਦਿਆਂ ਸੁਣਿਆ, ਜਦੋਂ ਇਹੀ ਸਵਾਲ ਜਿਹੜਾ ਤੁਸੀਂ ਕੀਤਾ ਅਤੇ ਕਿਸੇ ਜਰਨਲਿਸਟ ਨੇ ਕੀਤਾ ਲੱਖਾ ਸਧਾਰਨੇ ਬਾਰੇ, ਵੀ ਉਹਨਾਂ ਨੂੰ ਲੈ ਲਿਆ ਅਤੇ ਹੁਣ ਦੀਪ ਸਿੱਧੂ ਨੂੰ ਕਦੋਂ ਲੈਣਾ, ਉਹ ਕਹਿੰਦੇ ਜੀ ਅਸੀਂ ਨਹੀਂ ਲਿਆ ਅਜੇ। ਮੈਨੂੰ ਲੱਗਦਾ ਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ, ਹੋ ਸਕਦਾ ਪੰਜਾਬ ਵਾਲਿਆਂ ਨੇ ਲੈ ਲਿਆ, ਜਾਂ ਉਹ ਜਿਹੜੀ ਕਮੇਟੀ ਬਣਾਈ ਉਹਨਾਂ ਨੇ ਲਿਆ, ਮੈਨੂੰ ਸ਼ੋਰ ਨਹੀਂ ਹੈਗਾ। ਹਾਂਜੀ, ਉਹਨਾਂ ਨੇ 3 ਮੈਂਬਰ ਕਮੇਟੀ ਬਣਾ ਕੇ ਅਤੇ ਡਿਸੀਜਨ ਲੈ ਲਈ ਸੀਗੀ ਕਿ ਲੱਖਾ ਸਧਾਰਨੇ ਦੀ ਸਟੇਜ 'ਤੇ ਜਿੱਦਾਂ ਇੰਟਰੀ ਹੋ ਜੂਗੀ। ਅਤੇ ਕੁਸ਼ਚਨ ਮੇਰਾ ਇਹ ਆ ਕਿ ਜੇਕਰ ਲੱਖਾ ਸਧਾਰਨੇ ਦੀ ਇੰਟਰੀ ਹੋ ਜਾਂਦੀ ਆ, ਅਤੇ ਫਿਰ ਜਿੱਦਾਂ ਲੱਖਾ ਸਧਾਰਨੇ ਦੇ ਨਾਲ ਨਾਲ ਦੀਪ ਸਿੱਧੂ ਦੇ ਫੋਲੋਅਰਸ ਵੀ ਸੇਮ ਆਪਾਂ ਕਹਿ ਲਈਏ, ਜੇ ਨਹੀਂ ਹੈ ਉਹ ਦੋ ਅਲੱਗ ਏਜੰਡੇ ਹੈ। ਦੀਪ ਸਿੱਧੂ ਦਾ ਏਜੰਡਾ ਤੇ ਉਹ ਕਹਿੰਦਾ ਜੇ 3 ਮੰਗਾਂ ਮੰਨੀਆਂ ਵੀ ਜਾਣਗੀਆਂ ਫਿਰ ਕੀ ਹੋਜੂ, ਆਹ ਗੱਲਾਂ ਕਰਦਾ। ਉਹਦੇ ਏਜੰਡੇ ਬਹੁਤ ਵੱਡੇ ਹੈਗੇ, ਔਰ ਜਿਹੜੇ ਉਹਦੇ ਪਿੱਛੇ ਹੈਗੇ ਆ ਉਹਨਾਂ ਦੇ ਵੀ ਏਜੰਡੇ ਬਹੁਤ ਵੱਡੇ ਹੈਗੇ ਆ। ਇਸੇ ਕਰਕੇ ਮੈਂ ਕਹਿੰਦਾ ਕਿ ਆਪਾਂ ਕਨਫਿਊਜ਼ ਨਾ ਕਰੀਏ, ਇਹ ਤਾਂ ਬਹੁਤ ਗਲਤ ਗੱਲ ਹੈ। ਆਪਾਂ ਕਿਸੇ ਦੇ ਵਿਆਹ 'ਤੇ ਜਾਈਏ ਅਤੇ ਉਹਦੀ ਪਾਰਟੀ ਵਿੱਚ ਆਪਣੇ ਏਜੰਡੇ ਲਿਆ ਕੇ ਆਪਣੀਆਂ ਕੁੜੀਆਂ ਲੱਭਣ ਲੱਗ ਜਾਈਏ। ਨਹੀਂ, ਮੈਂ ਉਹੀ ਗੱਲ ਕਰਦੀ ਹਾਂ ਨਾ ਕਿ ਜੇਕਰ ਜਿੱਦਾਂ ਵੀ ਲੱਖਾ ਸਧਾਰਨੇ ਨੂੰ ਲੈ ਲੈਂਦੇ ਆ, ਮੰਨ ਲਿਆ ਕਿ ਸਾਰੇ ਆਗੂ ਜਿਹੜੇ ਹੈ ਕਿ ਡਿਸੀਜਨ ਲੈ ਲੈਂਦੇ ਆ ਕਿ ਹਾਂਜੀ ਅਸੀਂ ਉਹਦੀ ਇੰਟਰੀ ਕਰਨੀ ਆ, ਹੋ ਜੂਗੀ। ਅਤੇ ਜੇਕਰ ਫਿਰ ਜਿੱਦੇ ਦੀਪ ਸਿੱਧੂ ਦੇ ਫੋਲੋਅਰਸ ਹੈਗੇ ਆ, ਉਹ ਵੀ ਕਹਿਣਗੇ ਕਿ ਜੇਕਰ ਤੁਸੀਂ ਲੱਖਾ ਸਧਾਰਨੇ ਨੂੰ ਲੈ ਸਕਦੇ ਹਾਂ ਤਾਂ ਦੀਪ ਸਿੱਧੂ ਦੀ ਵਾਪਸੀ ਕਿਉਂ ਨਹੀਂ। ਅਤੇ ਫਿਰ ਉਹੋ ਜਿਹੇ ਡਿਸੀਜਨ ਦੇ ਵਿੱਚ ਇਹ ਸਾਡੇ ਕਿਸਾਨ ਆਗੂ ਫਸ ਜਾਂਦੇ ਆ, ਅਤੇ ਕਿੱਦਾਂ ਦਾ ਮਾਹੌਲ ਜਿਹੜਾ ਆ ਆਉਣ ਵਾਲੇ ਸਮੇਂ ਵਿੱਚ, ਕੋਈ ਕੇਸ ਟੂ ਕੇਸ ਹੋਊਗਾ। ਇਹ ਅਸੀਂ ਕੋਈ ਨਹੀਂ ਉਹਨਾਂ ਦੇ ਵਿਆਹ 'ਤੇ ਗੱਲਾਂ ਕਰਨ ਵਾਲੇ ਜਾਂ ਫੈਸਲੇ, ਹਾਂਜੀ ਫੈਸਲਾ ਕਿਸਾਨਾਂ ਨੇ ਲੈਣਾ। ਪਰ ਜਿਸ ਕਿਸਮ ਦਾ ਤੁਸੀਂ, ਮੇਰਾ ਖਿਆਲ ਹੈ ਕਿ ਲੱਖਾ ਸਧਾਰਨੇ ਦਾ ਅਤੇ ਦੀਪ ਸਿੱਧੂ ਦਾ ਬਰਾਬਰ ਦਾ ਉਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਨਹੀਂ ਹੈ। ਲੱਖਾ ਸਧਾਰਨਾ ਇੱਕ ਕਿਸਮ ਦਾ ਇੱਕ ਲੈਵਲ ਦੇ ਉੱਤੇ ਉਹ ਉਹਨਾਂ ਫਰੰਟ ਰਨਰ ਸ਼ਾਮਿਲ ਨਹੀਂ ਸੀ, ਮੈਨੂੰ ਨਹੀਂ ਲੱਗਦਾ ਉਹ ਲਾਲ ਕਿਲੇ ਪਹੁੰਚਿਆ ਉੱਦਾਂ। ਹਾਂਜੀ ਠੀਕ ਹੈ ਨਾ, ਠੀਕ ਹੈ। ਜਿਹੜੇ ਲਾਲ ਕਿਲੇ ਪਹੁੰਚੇ ਆ ਫਿਰ ਉਹਨਾਂ ਦਾ ਥੋੜ੍ਹਾ ਜਿਹਾ ਤਾਂ ਅਲੱਗ ਹੋਊਗਾ। ਸਹੀ ਆ। ਇਸ ਕਰਕੇ ਦੂਜੀ ਗੱਲ, ਦੀਪ ਸਿੱਧੂ ਨੇ ਇੱਥੇ ਪੈਰਲਲ ਮੋਰਚਾ ਲਾਇਆ, ਲੱਖਾ ਸਧਾਰਨੇ ਦੇ ਤਾਂ ਕੋਈ ਪੈਰਲਲ ਮੋਰਚਾ ਨਹੀਂ ਸੀ ਲਾਇਆ। ਬਿਲਕੁਲ। ਔਰ ਇਹਨੂੰ ਰੋਕਿਆ ਕਿ ਤੂੰ ਪੈਰਲਲ ਕਿਉਂ ਲਾਉਣਾ, ਇਹ ਕਹਿੰਦਾ ਸੀਗਾ ਸਾਡਾ ਜੀ ਵੱਡਾ ਇਸ਼ੂ ਆ, ਇਹ ਕੀ ਹੈ 3 ਇਸ਼ੂ ਖਤਮ ਵੀ ਹੋ ਜਾਣਗੇ, ਪੰਜਾਬ ਦਾ ਮਸਲਾ ਤਾਂ ਹੱਲ ਨਹੀਂ ਹੁੰਦਾ। ਹੁਣ ਇਹ ਪੰਜਾਬ ਦੇ ਸਮੁੱਚੇ ਇੱਕ ਵਿਕਲਪਿਕ ਰਾਜਨੀਤੀ ਨਾਲ ਮਸਲੇ ਹੱਲ ਕਰਨ ਦੇ ਏਜੰਡੇ ਆ, ਉਹ ਇਹਨਾਂ ਦੀ ਯੂਨੀਅਨ 'ਚੋਂ ਕਿੱਥੇ ਪੂਰੇ ਹੋ ਜਾਣਗੇ। ਜੇ ਉਹਨਾਂ ਨੇ ਕਰਨਾ ਤਾਂ ਅਲੱਗ ਕਰਨ, ਕੋਈ ਰੋਕਦਾ, ਇੱਥੇ ਆਉਣਾ ਕੀ ਲੈਣ ਆ, ਮੈਨੂੰ ਇਹ ਦੱਸੋ। ਬੜੀ ਸਧਾਰਨ ਗੱਲ ਆ, ਮੈਂ ਕੋਈ ਬੜੀ ਸਫਿਸਟੀਕੇਟਡ ਪਾਸਾ ਨਹੀਂ ਬੋਲ ਰਿਹਾ। ਕਿਸਾਨਾਂ ਦਾ ਇੱਕ ਮੋਰਚਾ ਉਹਨਾਂ ਨੇ ਉਹ ਉੱਥੇ ਤੱਕ ਪਹੁੰਚਾਇਆ, ਉੱਥੇ ਉਹ ਬੈਠੇ ਆ, ਉਹਦੇ 'ਚ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਖੇਮੇ ਜਾਂ ਉਹਨਾਂ ਦੀਆਂ ਯੂਨੀਅਨ 'ਚ ਨਹੀਂ ਵੀ ਜਿਹੜੇ ਜੋਸ਼ੀਲੇ ਨੌਜਵਾਨ, ਉਹਨਾਂ ਦੀ ਵੀ ਭੂਮਿਕਾ ਹੈਗੀ ਆ ਇੱਥੋਂ ਬੈਰੀਅਰ ਤੋੜ ਕੇ ਉੱਥੇ ਪਹੁੰਚਣ ਦੀ। ਮੈਂ ਨਹੀਂ ਇਹਨਾਂ ਗਾ, ਹਰਿਆਣੇ ਵਾਲਿਆਂ ਦੀ ਬਹੁਤ ਹੈਗੀ ਆ, ਉਹਨਾਂ ਨੇ ਸਭ ਤੋਂ ਪਹਿਲਾਂ ਸਾਫ਼ ਕੀਤਾ, ਇਹ ਤਾਂ ਬੈਠ ਗਏ ਸੀ ਇੱਥੇ ਹੀ, ਉਹਨਾਂ ਨੇ ਇੱਕ ਦਿਨ ਪਹਿਲਾਂ 25 ਨੂੰ ਸੜਕਾਂ ਸਾਫ਼ ਕਰਕੇ ਬੈਰੀਅਰ ਤੋੜੇ ਆ, ਅਤੇ ਫਿਰ ਇਹ ਸਾਡੇ ਵੀ ਬੰਦੇ ਪਿੱਛੇ ਗਏ ਆ। ਠੀਕ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਜੇ ਅਸੀਂ ਕਿਤੇ ਕਿਸੇ ਦੀ ਮਦਦ ਕੀਤੀ ਆ, ਹੁਣ ਕਹੀ ਕਿ ਤੂੰ ਭਰਾ ਹੋ ਜਾ, ਤੇਰੀ ਤਾਂ ਅਸੀਂ ਮਦਦ ਕੀਤੀ ਆ, ਤੂੰ ਕਾਹਦੇ ਲਈ ਆ, ਸਾਨੂੰ ਹੁਣ ਆਪਣੇ ਅੱਗੇ ਚੱਲਣ ਦੇ, ਤੂੰ ਘਰੇ ਬਹਿ, ਇਹ ਮਾੜੀ ਗੱਲ। ਇਹ ਬਈ ਇਹ ਬਹੁਤ ਜ਼ਿਆਦਾ ਡਿਸਪ੍ਰਪੋਰਸ਼ਨੇਟ ਕਿਸੇ ਚੀਜ਼ ਦੀ ਕੀਮਤ ਮੰਗਣ ਵਾਲੀ ਗੱਲ ਹੈ। ਅੱਜ ਵੀ ਜੇ ਦੀਪ ਸਿੱਧੂ ਆ ਕੇ ਕਹਿੰਦਾ ਕਿ ਉਹ ਮੇਰਾ ਜਾਣੀ ਆਈਡੀਆ ਪਰਸਨਲ ਆ, ਮੈਂ ਸੋਚਦਾ ਕਿ ਦੀਪ ਸਿੱਧੂ ਆ ਕੇ ਜੇ ਆਪਣੇ ਜਿਹੜੇ ਵੀ ਉਹਦੇ ਫਾਲੋਅਰ ਆ, ਜਿਹੜੇ ਤੁਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਆਪਣੇ ਜਿਹੜੇ ਫਾਲੋਅਰ ਦੇ ਨਾਲ ਕਹੂਗਾ, ਉਹ ਫਾਲੋਅਰ ਦਾ
इन्हें तो दो रैलियां कीतियां है, वो भी अपनियां दो चार रैलियां करके कह दे ते मैनू भी छड्डो जी, कोई इहो जी गल नहीं हैगी। उहदे ते फिर कुदरती है कि ये रिव्यू नेचुरली करनगे, कोई भी किसी ते कुछ असीं साडे ही अपने ही बच्चे आ, कोई बाहरे ते नहीं, पंजाबी है जे उह किसी दे किसी तरीके नाल उन्होंने जिद चा के जां किसी दे कहे अकवाए ते चक्के चकाए कोई इहो जिहियां गलतियां कीतियां, इहदा मतलब इह नहीं कोई सारी उम्र लई उन्हां नूं कोई मत्थे ते दाग लग गया। बिल्कुल, जे कोई चाहुंदा कि मैनूं दोबारा चांस मिलना चाहिए, मैं तो कहना किसी सत्त फांसियां भी आने अठवीं बारी चांस मिलना चाहिए छुट्टन, मेरा मेरे मेरे परसनल सही है, क्योंकि असी जिंदगी जीण आए हैं, असी सजावा देन नहीं आए, जां असी तो जुड़ना आए हैं, असी तोड़न नहीं आए। पर बंदा आके किसी डिसिपलिन च तो रहे, किसे वो जी आके ये समझे कि मैं आके हुड़दंग मचाउणा, फिर जे बार बार इंज होगा, पहला इतने शंभू मोर्चा ला छड़िया, पैरल ला छड़िया, उन्हें वो इस गल की सपोर्ट च नहीं सी, और उन्होंने कहा कि साढ़े पैरल मोर्चा है, साढ़े 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 जानी सपोर्ट में मोर्चा नहीं है। उत्थे इहो जिहियां गल्लां भी लीडरां दे विरुद्ध बोलते सी, लखे सिधाणे ने तो कोई लीडरां दे विरुद्ध उदों गल्लां नहीं बोली। तुसीं इस करके पहला तो दोवां केसां नूं एक ना समझो। दूसरा मेरा ख्याल है कि कोई भी होवे, जे कोई बंदे अपना उस पद्धर ते आके करदे आ ਤਾਂ ਕਿਸਾਨ ਲੀਡਰ ਜਿਵੇਂ ਬਾਕੀ ਦੀਆਂ ਸਾਰਿਆਂ ਲਈ ਕਮੇਟੀਆਂ ਬਣੀਆਂ, ਕਈਆਂ ਯੂਨੀਅਨਾਂ ਲਈ ਵੀ ਕਮੇਟੀਆਂ ਬਣੀਆਂ, ਉਹਦੇ ਲਈ ਵੀ ਕਮੇਟੀ ਬਣ ਕੇ ਸੋਚ ਲੈਣ, ਇਹ ਕੋਈ ਏਡਾ ਵੱਡਾ ਮਾਮਲਾ ਨਹੀਂ ਹੈ। ਪਰ ਇਹਦੀ ਕੌਣ ਗਰੰਟੀ ਲਊਗਾ ਕਿ ਜਾ ਕੇ ਦੁਬਾਰਾ ਇਹ ਕੋਈ ਫਿਰ ਉਹ ਜੀ ਜਾ ਕੇ ਐਡੀ ਵੱਡੀ ਕੈਲਕੂਲੇਟਡ ਡੈਲੀਬਰੇਟ ਉਹ ਜਿਹਾ ਐਨ ਜਦੋਂ ਪੀਕ 'ਤੇ ਗੱਲ ਪਹੁੰਚੀ ਤਾਂ ਭਾਂਡਾ ਫੋੜ ਪ੍ਰੋਗਰਾਮ ਨਹੀਂ ਹੋਊਗਾ। ਸਹੀ ਹੈ, ਇਹਦੀ ਕੌਣ ਗਰੰਟੀ ਲਊਗਾ? ਇਸ ਕਰਕੇ ਜਿਹੜੇ ਸ਼ੱਕ ਸੁਭਾਅ ਆ ਉਹ ਛੋਟੇ ਨਹੀਂ ਹੈ। ਇੱਕ ਹੁੰਦਾ ਆ ਉਂਝ ਜੋਸ਼ ਵਿੱਚ ਚਲੇ ਗਏ ਲੋਕ, ਗਲਤੀ ਨਾਲ ਚਲੇ ਗਏ ਲੋਕ, ਉਹ ਸਮਝ ਪੈਂਦੀ ਹੈ, ਉਹਨਾਂ ਨੂੰ ਰੱਖ ਵੀ ਲਿਆ ਉਹਨਾਂ ਨੂੰ, ਜਿਵੇਂ ਹਰਿੰਦਰ ਲੱਖੋਵਾਲ ਨੇ ਜਾ ਕੇ ਉੱਥੇ ਕੇਸ ਕਰਤਾ ਸੀ ਸੁਪਰੀਮ ਕੋਰਟ, ਸ਼ੁਰੂ 'ਚ ਸਭ ਤੋਂ ਪਹਿਲਾਂ ਸਜ਼ਾ ਉਹਨੂੰ ਮਿਲੀ ਸੀ, ਉਹਨੂੰ ਬਾਹਰ ਕੀਤਾ ਸੀਗਾ, ਫਿਰ ਉਹ ਕੁਝ ਦਿਨ ਕਰਾ ਕੇ ਅਤੇ ਉਹਨੂੰ ਵਿੱਚ ਵੀ ਲੈ ਲਿਆ, ਉਹ ਬਰਾਬਰ ਸਾਰੇ ਪ੍ਰੈਸ ਕਰ ਦਿੱਤੇ। ਇਹ ਗਲਤੀਆਂ ਹੋਰ ਕਿਸਮ ਦੀਆਂ, ਇੱਕ ਪੈਰਲਲ ਇੱਕ ਆਈਡੀਆਜ਼ ਲੈ ਕੇ ਚੱਲਣਾ, ਇੱਕ ਆਈਡੀਆਲੋਜੀ ਲੈ ਕੇ ਚੱਲਣਾ, ਔਰ ਇੱਕ ਪੂਰਾ ਪੈਰਲਲ ਮੰਚ ਲੈ ਕੇ ਚੱਲਣਾ, ਔਰ ਫਿਰ ਉਸ ਮੰਚ ਦੇ ਪਲੇਟਫਾਰਮ ਤੋਂ ਅੱਗੇ ਉਸ ਚੀਜ਼ ਨੂੰ ਸਾਰੀ ਮੂਵਮੈਂਟ ਨੂੰ ਦੂਜੇ ਪਾਸੇ ਨੂੰ ਧੱਕਣ ਦੀ ਕੋਸ਼ਿਸ਼ ਕਰਨਾ, ਇਹ ਦੋਵਾਂ ਨੂੰ ਬਰਾਬਰ ਤੁਸੀਂ ਲੱਖੇ ਵਾਲੀ ਅਤੇ ਉਸ ਗੱਲ ਨੂੰ ਬਰਾਬਰ ਨਹੀਂ ਰੱਖ ਸਕਦੇ। ਹਾਂਜੀ, ਅਤੇ ਹੁਣ ਆਪਾਂ ਆਉਂਦੇ ਹਾਂ ਸਾਡੇ ਕਿਸਾਨ ਆਗੂਆਂ ਵੱਲ। ਹੁਣ ਆਪਾਂ ਨੂੰ ਪਤਾ ਕਿ ਮਹਾਂਪੰਚਾਇਤਾਂ ਜਿਹੜੀਆਂ ਹੈਗੀਆਂ ਦੇਸ਼ ਦੇ ਕੋਨੇ ਕੋਨੇ ਵਿੱਚ ਹੋ ਰਹੀਆਂ, ਸਪੈਸ਼ਲੀ ਆਪਾਂ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਵਿੱਚ ਵੀ ਜਿਹੜੇ ਕਿਸਾਨ ਆਗੂ ਹੈ ਕੋਸ਼ਿਸ਼ ਕਰਦੇ ਆ ਕਿ ਇੱਕ ਤੋਂ ਵੱਧ ਜਿਹੜੀ ਹੈਗੀ ਆ ਇਹ ਮਹਾਂਪੰਚਾਇਤਾਂ ਵੱਡੀਆਂ ਕੀਤੀਆਂ ਜਾਣ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਾ ਕੇ ਇਹ ਵੀ ਇੱਕ ਰੈਟ ਰੇਸ ਦੇ ਵਿੱਚ ਪੈ ਗਿਆ ਕਿ ਅਸੀਂ ਜਿੱਦਾਂ ਪੋਲੀਟੀਕਲ ਪਾਰਟੀਸ ਦੀਆਂ ਕੁਰਸੀਆਂ ਸੰਭਾਲਣ ਦੇ ਵਿੱਚ ਜ਼ਿਆਦਾ ਖਿਆਲ ਹੈ? ਬੜੀ ਮਿਸਕੈਲਕੂਲੇਸ਼ਨ ਹੈ, ਪਤਾ ਨਹੀਂ ਕਿੱਥੋਂ ਤੁਹਾਡੇ ਮਨ 'ਚ ਆ ਗਈ ਗੱਲ। ਨਹੀਂ, ਮੈਂ ਇਹ ਗੱਲ ਕੁਐਸਚਨ ਜਿਹੜੇ ਹੈਗੇ ਆ ਐਜ਼ ਏ ਮੀਡੀਆ ਜਦੋਂ ਸਾਡੇ ਕੋਲ ਇੱਦਾਂ ਦੇ ਸਵਾਲ ਆਉਂਦੇ ਆ ਪਬਲਿਕ ਵੱਲੋਂ, ਤੇ ਉਹ ਸਾਨੂੰ ਜਿਹੜੇ ਕੁਐਸਚਨ ਪੁੱਛਣੇ ਜ਼ਰੂਰੀ ਹੋ ਜਾਂਦੇ, ਕਿਉਂਕਿ ਇਹ ਚੀਜ਼ਾਂ ਆਪਾਂ ਕਲੀਅਰ ਕਰਨੀਆਂ ਹੁੰਦੀਆਂ, ਕਿਉਂਕਿ ਜੋ ਵੀ ਅਸੀਂ ਕੁਐਸਚਨ ਕਰਦੇ ਹਾਂ ਅਸੀਂ ਆਪਣੇ ਵੱਲੋਂ ਨਹੀਂ ਕਰਦੇ, ਜੋ ਸਾਡੇ ਦੇਖਣ ਵਾਲੇ ਹੈਗੇ ਆ। ਹਾਂਜੀ, ਆਪਣੀ ਵੱਲੋਂ ਕਰੋ, ਨਹੀਂ ਅਸੀਂ ਆਪਣੇ ਵੱਲੋਂ ਤਾਂ ਕਰਨੇ, ਬਟ ਜਿਹੜੇ ਕਈ ਇੱਦਾਂ ਦੇ ਇਸ਼ੂ ਹੁੰਦੇ ਆ ਜਿਹੜੇ ਪਬਲਿਕ ਦੇ ਵਿੱਚ। ਹਾਂਜੀ, ਬੜੇ ਲੋਕ ਵਿਹਲੇ ਬੈਠੇ ਆ, ਹੁਣ ਜੀ ਪਾਰਟੀ ਬਣੂਗੀ ਜੀ, ਹੁਣ ਜੀ ਫਲਾਨਾ ਹੋਊਗਾ। ਮੈਂ ਤਾਂ ਤੁਹਾਨੂੰ ਦੱਸੀ ਜਾਂਦਾ ਕਿ ਇੱਕ ਬੰਦਾ ਹੋਰ ਵੀ ਆਉਂਦਾ, ਉਹਦਾ ਨਾਂ ਸ਼ਾਇਦ ਜੁਗਰਾਜ ਹੈ, ਅਤੇ ਉਹ ਕਿੰਨੀ ਵਾਰੀ ਸੀ ਅਤੇ ਉੱਥੇ ਖਟਖਟ ਕਲਾਂ ਦੇ ਸ਼ਹੀਦ ਭਗਤ ਸਿੰਘ ਦੇ ਆਪਾਂ ਬਰਸੀ ਮਨਾਉਣ ਦਾ ਐਡੀ ਉੱਥੇ ਜਾ ਕੇ ਕਰਤਾ, ਫਿਰ ਪਤਾ ਨਹੀਂ ਆਨੰਦਪੁਰ ਸਾਹਿਬ ਉੱਥੇ ਰੈਲੀ, ਫਿਰ ਉੱਥੇ ਕਰ, ਰੁਕ ਜਾਓ ਤੁਸੀਂ, ਕਿਉਂ ਐਡਾ ਹਾਬੜਾ ਸੱਤਾ ਦਾ ਲੱਗਾ ਹੋਇਆ ਇਹਨਾਂ ਨੂੰ ਭੁੱਖੜਾ, ਇੱਕ ਨਾ ਭੁੱਖ ਨਹੀਂ ਦਿਖਾਉਣੀ ਚਾਹੀਦੀ ਸੱਤਾ ਲਈ, ਤੁਸੀਂ ਇੱਕ ਇੱਕ ਤੁਹਾਡੇ ਸਾਹਮਣੇ ਇੱਕ ਐਡਾ ਵੱਡਾ ਨਜ਼ਾਰਾ ਇਤਿਹਾਸਿਕ, ਔਰ ਆਮ ਜਨ ਸਧਾਰਨ ਕਿਸਾਨਾਂ ਨੇ ਤੁਹਾਡੇ ਲਈ ਇੱਕ ਨਵਾਂ ਸਮਾਜ ਦਾ ਰੂਪ ਮਹਾਂਦਰਾ ਦੇ ਕੇ ਤੁਹਾਨੂੰ ਪੂਰਾ ਉਹਨੂੰ ਚਲਾ ਕੇ ਦਿਖਾ ਤਾ, ਤੁਸੀਂ ਉਹਦੇ ਵਿੱਚ ਤੁਹਾਨੂੰ ਕੋਈ ਇੰਟਰਸਟ ਹੀ ਨਹੀਂ ਹੈ, ਆਪਣੀ ਸੱਤਾ 'ਚ ਆਪਣੇ ਉਹਦੇ 'ਚ ਇੰਟਰਸਟ ਲੱਗ ਰਿਹਾ। ਇਸ ਲਈ ਜਿਹੜੀ ਤੁਹਾਡੀ ਗੱਲ ਹੈ ਕਿ ਇਹਨਾਂ ਨੇ ਪਾਰਟੀਆਂ ਬਣਾਉਣ ਲਈ ਸ਼ਾਇਦ ਕੀਤਾ ਆ ਜਾਂ ਇਸ ਕਰਕੇ ਰੈਲੀਆਂ ਹੋ ਰਹੀਆਂ, ਉਹਦੇ ਕਰਕੇ ਨਹੀਂ ਹੈਗਾ। ਇਹ ਉੱਥੇ ਕਿਉਂਕਿ ਗਾਂਹ ਕੋਈ ਕੌਲ ਨਹੀਂ ਮੀਟਿੰਗਾਂ ਕਰਕੇ ਆ ਰਹੀ ਸੀ, ਉੱਥੇ ਬੈਠੇ ਹੀ ਸੀਗੇ ਥੱਲੇ ਇੱਕ ਗਰਾਊਂਡ ਸਵੈਲ ਕਰਨ ਲਈ, 26 ਤਰੀਕ ਤੋਂ ਬਾਅਦ ਜਿਹੜਾ ਹੈ ਲੋਕਾਂ ਨੂੰ ਫਿਰ ਇੱਕ ਜੋਸ਼ ਪਾਉਣ ਲਈ। ਇਹ ਮੈਨੂੰ ਲੱਗਦਾ ਕਿ ਇੱਕ ਦੌਰ ਜਿਹੜਾ ਹੋ ਗਿਆ ਇਹ ਠੀਕ ਹੈ,
पर हुण इहदे विच ही नहीं कुछ रहना चाहिए, इहदे चों बाहर आना चाहिए। वाडियां आ गईयां, मेरा ख्याल एक अद्धी रैली कोई होर होगी, वह सारियां बंद हो गईयां, घट्टो घट इस रीजन च ते सारियां बंद हो गईयां। मई का हुण तैयारी शुरू हो रही है, कल भी गल्लां होईयां कि जिहड़ा वड्डा संसद मार्च होना लखां दी गिणती दे विच होना। तो हुण आपां जिद्दां संसद घराओ दा जिहड़ा पैदल मार्च मिथी गई आ, तो ਤੁਹਾਨੂੰ ਕੀ ਲੱਗਦਾ ਆ ਕਿ ਉਹ ਕਿੰਨੀ ਕੁ ਸਕਸੈਸਫੁਲ ਹੋਊਗੀ? ਈਵਨ ਦੋ ਆਪਾਂ ਪੈਦਲ ਜਾਣਾ ਆ, ਸਿੰਘੂ ਬਾਰਡਰ ਤੋਂ ਲੈ ਲਈਏ, ਚਾਹੇ ਉਹ ਟਿੱਕਰੀ ਬਾਰਡਰ ਤੋਂ ਲੈ ਲਈਏ, ਚਾਹ ਗਾਜ਼ੀਪੁਰ ਬਾਰਡਰ ਤੋਂ, ਪੈਦਲ ਚੱਲ ਕੇ ਜਿਹੜੀ ਸੰਗਤਾਂ ਆਪਾਂ ਕਹਿ ਲਈਏ ਨੇ ਜਾਣਾ ਆ ਸਭ ਨੇ, ਅਤੇ ਕਿੰਨਾ ਕੁ ਟਾਈਮ ਆਪਾਂ ਨੂੰ ਵੀ ਪਤਾ ਆ ਕਿ ਲੱਗਣਾ ਆ, ਅਤੇ ਰਾਹ ਦੇ ਵਿੱਚ ਜਿਹੜੇ ਹੈਗੇ ਆ ਵੱਡੇ ਵੱਡੇ ਆਪਾਂ ਕਹਿ ਲਈਏ ਬਹੁਤ ਇੰਤਜ਼ਾਮ ਵੀ ਕਰਨੇ ਪੈਣੇ ਆ, ਉਹਦੇ ਵਿੱਚ ਬਜ਼ੁਰਗ ਵੀ ਹੋਣੇ ਆ, ਬੱਚੇ ਵੀ ਹੋਣੇ ਆ, ਔਰਤਾਂ ਵੀ ਹੋਣੀਆਂ ਆ। ਤੁਸੀਂ ਚਿੰਤਾ ਨਾ ਕਰੋ, ਵਿੱਚ ਦੁਬਾਰਾ ਕੋਈ ਦੀਪ ਸਿੱਧੂ ਨਾ ਉਹੋ ਜਿਹੇ ਹੋਰ ਪੈਦਾ ਹੋ ਜਾਣ, ਨਹੀਂ ਉਹ ਫਿਰ ਮੈਂ, ਹੋਰ ਸਾਨੂੰ ਕੋਈ ਚਿੰਤਾ ਨਹੀਂ ਹੈ, ਉਹਦਾ ਡਰ ਹੈਗਾ ਜਾਣੀ ਕਿਸਾਨ ਲੀਡਰ ਇੰਨੇ ਤਰਪ ਕੇ ਹੋਏ ਆ ਉਸ ਸਾਰੀ, ਜਾਣੀ ਉਹਨਾਂ ਨੂੰ ਨਾਈਟ ਮੇਰੇ ਇਮੈਜੀ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਹੋਇਆ ਆ, ਉਹ ਇੰਨਾ ਭਿਆਨਕ ਅਤੇ ਗਹਿਰਾ ਅਸਰ ਆ, ਜਾਣੀ ਮਤਲਬ ਜਿਸ ਤਰ੍ਹਾਂ ਬੰਦਾ ਇਕਦਮ ਮਿੱਟੀ ਹੋ ਜਾਂਦਾ, ਇੰਨਾ ਜ਼ਿਆਦਾ ਧੱਕਾ ਲੱਗਾ ਸੀਗਾ, ਇਹ ਬੰਦੇ ਨਹੀਂ ਕਦੀ ਵੀ ਅਹਿਸਾਸ ਕਰਨਗੇ। ਇਸ ਕਰਕੇ ਉਹਦਾ ਸਾਰਾ ਇੰਤਜ਼ਾਮ ਹੈਗਾ, ਜੇ ਪੰਜਾਬ ਤੋਂ ਪੈਦਲ ਬਿਹਾਰ 'ਚ ਲੋਕ ਪਹੁੰਚ ਸਕਦੇ ਅਤੇ ਦਿੱਲੀ ਦੇ ਬਾਰਡਰ ਤੋਂ ਕਿਤੇ ਪਾਰਲੀਮੈਂਟ 'ਚ ਨਹੀਂ ਪਹੁੰਚ ਸਕਦੇ, ਉਹ ਪਹੁੰਚਣਗੇ ਜਿਨ੍ਹਾਂ ਨੇ ਪਹੁੰਚਣਾ। ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ, ਇੱਕੋ ਹੀ ਸਾਨੂੰ ਡਰ ਆ ਕਿ ਕੋਈ ਬਦਮਗਜ਼ੀ ਨਾ ਦੁਬਾਰਾ ਉਹਦੇ ਵਿੱਚ ਕਰੇ। ਉਹਦਾ ਉਹ ਲਗਾਤਾਰ ਸੋਚ ਰਹੇ ਆ ਕਿ ਵਲੰਟੀਅਰ ਪੈਦਾ ਜਾਂ ਕੋਈ ਰੱਸੀ ਜਾਂ ਉਹਦੇ ਵਿੱਚ, ਇਹ ਵੀ ਕਹਿ ਰਹੇ ਸੀਗੇ ਕੱਲ੍ਹ ਕਿ ਆਪਾਂ ਜੇ ਬਾਹਲੀ ਗੱਲ ਹੈ ਤਾਂ ਸਾਰਿਆਂ ਦੇ ਹੱਥ ਰੱਸੀਆਂ ਨਾਲ ਬੰਨ੍ਹ ਕੇ ਤੋੜ ਦਿੰਦੇ ਹਾਂ, ਮਤਲਬ ਇੰਨੇ ਡਰੇ ਹੋਏ, ਕਹਿਣ ਦਾ ਮਤਲਬ ਉਹ ਖੁਦ, ਕਿਉਂਕਿ ਬੜੀ ਵੱਡੀ ਜ਼ਿੰਮੇਵਾਰੀ ਦੀ ਗੱਲ ਹੈ, ਪਰ ਇਹ ਜਾਣਾ ਚਾਹੀਦਾ ਅਤੇ ਵੱਡਾ ਮੇਰਾ ਖਿਆਲ ਹੈ ਉੱਦਣ ਪ੍ਰਦਰਸ਼ਨ ਹੋਊਗਾ ਉਹਦੀ, ਹੁਣ ਇੱਕ ਦੋ ਦਿਨਾਂ 'ਚ ਮੀਟਿੰਗ ਹੋ ਕੇ ਫਾਈਨਲੀ ਉਹਦੀ ਸ਼ੇਪ ਕੀ ਹੋਊਗੀ, ਦਿਨ ਕੀ ਹੋਊਗਾ, ਉਹ ਤੈਅ ਹੋਣ ਵਾਲਾ। ਸਹੀ ਆ, ਅਤੇ ਉਹ ਮੈਂ ਗੱਲ ਕਰਦੀ ਹਾਂ ਕਿ ਜੇ ਰੱਬ ਨਾ ਕਰੇ ਜਾਂ ਆਪਾਂ ਕਹਿ ਲਈਏ ਕਿ ਇੱਦਾਂ ਦਾ ਆਂਸਰ ਵਿੱਚ ਫਿਰ ਆ ਜਾਂਦਾ ਆ, ਅਤੇ ਤੁਹਾਨੂੰ ਕੀ ਲੱਗਦਾ ਕਿ ਸਾਡੇ ਇਸ ਅੰਦੋਲਨ ਦਾ ਕੀ ਬਣੂਗਾ? ਨਹੀਂ ਆਈ ਜਾਵੇ ਕੀ ਪ੍ਰਭਾਵ ਆ, ਜੇ ਜੇ ਤੁਸੀਂ ਘੋੜੇ 'ਤੇ ਚੜ੍ਹੋਗੇ ਹੀ ਨਹੀਂ ਕਦੀ, ਡਰੀ ਜਾਓਗੇ ਕਿ ਮੈਂ ਡਿੱਗ ਪਵਾਂ, ਇੱਕ ਵਾਰੀ ਡਿੱਗੂ, ਦੋ ਵਾਰੀ ਡਿੱਗੂ, ਫਿਰ ਸਿੱਖ ਜਾਂਗੇ ਹੌਲੀ ਹੌਲੀ, ਕੋਈ ਪਰਵਾਹ ਹੀ ਨਹੀਂ, ਇਹਦੀ ਕਿਹੜੀ ਗੱਲ ਆ, ਫਿਰ ਆਪਾਂ ਦੇਖਾਂਗੇ ਕੀ ਕਰਨਾ ਆ, ਮਤਲਬ ਪਰ ਉੱਥੇ ਬੈਠੇ ਰਹਿਣ ਲਈ ਥੋੜ੍ਹੀ ਗਏ ਹਾਂ, ਅਸੀਂ ਤਾਂ ਘਰਾਂ ਨੂੰ ਆਉਣਾ, ਅਤੇ ਜੇ ਅਸੀਂ ਉਹ ਜਿਹੜਾ ਬੈਠਾ ਮੋਦੀ ਉੱਥੇ ਏਸੀ ਕਮਰਿਆਂ ਦੇ ਵਿੱਚ ਅਤੇ ਪਾਰਲੀਮੈਂਟ ਦੇ ਵਿੱਚ ਇੱਕ ਸ਼ਬਦ ਨਹੀਂ ਸਾਡੇ ਲਈ ਬੋਲਦਾ, ਅਸੀਂ ਜਿਹੜੇ ਚੁਣ ਕੇ ਭੇਜੇ ਆ ਉਹਨਾਂ ਦੀ ਵੀ ਕੋਈ ਵੱਸ ਨਹੀਂ ਚੱਲ ਰਹੀ, ਫਿਰ ਅਸੀਂ ਸਿੱਧਾ ਜਿਹਨੂੰ ਡਾਇਰੈਕਟ ਐਕਸ਼ਨ ਕਹਿੰਦੇ ਹਾਂ, ਜਿਹਦੇ ਡਾਇਰੈਕਟ ਐਕਸ਼ਨ ਹੈ ਨਾ, ਉਹ ਸਾਡੀ ਮਹਾਂਪੰਚਾਇਤ ਆ ਪਾਰਲੀਮੈਂਟ, ਉਹਦੇ ਸਾਹਮਣੇ ਜਾ ਕੇ ਜਦੋਂ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਫਾਰਮਰ ਬੈਠਣਗੇ ਅਤੇ ਜਵਾਬ ਮੰਗਣਗੇ, ਫਿਰ ਮੋਦੀ ਜੀ ਕਿੱਧਰ ਭੱਜਣਗੇ? ਇਹ ਜਿਹੜੇ ਦਿੱਲੀ ਦੇ ਕੰਫਰਟ ਪੈ ਗਏ ਆ, ਸਾਰੇ ਦੇਸ਼ ਦਾ ਪੈਸਾ ਇਕੱਠਾ ਕਰਕੇ ਅਤੇ ਉੱਥੇ ਦਿੱਲੀ 'ਚ ਮੌਜਾਂ ਕਰਦੇ ਆ ਆਪ, ਔਰ ਲੋਕ ਭੁੱਖੇ ਮਰ ਰਹੇ ਆ, ਤਰ੍ਹਾਂ ਤਰ੍ਹਾਂ ਕਰ ਰਹੇ ਆ, ਉਹਦਣ ਸਾਰੀ ਸੰਸਦ ਦੇ ਸਾਹਮਣੇ ਬਹਿਣਗੇ ਵੀ ਸਾਡੇ ਇਸ ਪੰਚਾਇਤ 'ਚ ਸਾਡੇ ਬਾਰੇ ਵੀ ਕੋਈ ਗੱਲ ਕਰੋ, ਸਾਡਾ ਵੀ ਕੋਈ ਫੈਸਲਾ ਕਰੋ। ਇਸ ਲਈ ਮੇਰਾ ਤਾਂ ਖਿਆਲ ਹੈ ਕਿ ਉਹ ਇੱਕ ਬਹੁਤ ਵੱਡੀ ਇਤਿਹਾਸਕ ਇੱਕ ਦਿਨ ਹੋਊਗਾ, ਔਰ ਨਾਲ ਹੀ ਇਸ ਗੱਲ ਤੋਂ ਬਿਲਕੁਲ ਕੋਈ ਡਰ ਦੀ ਲੋੜ, ਹਾਂ ਇੰਤਜ਼ਾਮ ਕਰਨਾ ਚਾਹੀਦਾ, ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ, ਜੇ ਉਹਦੇ ਬਾਵਜੂਦ ਵੀ ਕੁਛ ਹੋਊਗਾ ਤਾਂ ਉਹਨੂੰ ਬਰਦਾਸ਼ਤ ਕਰਾਂਗੇ, ਹੋਰ ਕੀ ਹੈ, ਗੋਲੀਆਂ ਚੱਲਣਗੀਆਂ, ਆ ਜਾ ਚੱਲ ਨਹੀਂ ਰਹੀਆਂ, ਮਿਆਂਮਾਰ ਦੇ ਵਿੱਚ 500 ਤੋਂ ਵੱਧ ਲੋਕ ਮਰ ਗਏ, ਲੋਕ ਘਰ ਹੀ ਬਹਿ ਗਏ ਆ, ਸਹੀ ਆ, ਹੈ ਨਾ, ਇਹ ਜਦੋਂ ਹੁੰਦਾ ਫਿਰ ਜਦੋਂ ਲੜਨ ਚਾਹੀਦਾ, ਅਤੇ ਫਿਰ ਮਰੇ ਤਾਂ ਤੁਸੀਂ ਵੈਸੇ ਵੀ ਆ, ਤੁਰੇ ਫਿਰਨ ਦੇ ਨਾਲ ਬੰਦਾ ਜ਼ਰੂਰੀ ਨਹੀਂ ਜਿੰਦਾ ਹੁੰਦਾ, ਗੱਲਾਂ ਕਰਦੇ ਬੰਦੇ ਜ਼ਰੂਰੀ ਨਹੀਂ ਜਿੰਦਾ ਹੈਗੇ, ਜਦ ਤੱਕ ਆਤਮਾ ਨਹੀਂ, ਲੜਾਕੂ ਸਪਿਰਿਟ ਨਹੀਂ ਬਚੀ, ਤਾਂ ਫਿਰ ਕਾਹਦੇ ਆ, ਜੇ ਤੁਹਾਡੇ 'ਚ ਸਵੈਮਾਨ ਹੀ ਨਹੀਂ ਆਪਣਾ, ਅਤੇ ਇੱਕ ਉਸ ਕਿਸਮ ਦੀ ਦਬੰਗੀ ਨਹੀਂ ਹੈ, ਅਤੇ ਉਹ ਜੀਵਨ ਨਹੀਂ ਹੈ, ਉਹ ਤਾਂ ਫਿਰ ਐਵੇਂ ਹੀ ਆ ਗੰਡ ਗੰਡੋਏ ਵਾਲਾ ਜੀਵਨ, ਉਹ ਗੰਡ ਗੰਡੋਏ ਵਾਲਾ ਜੀਵਨ ਜੀਣ ਦੇ ਨਾਲੋਂ ਅਣਖ ਦੇ ਨਾਲ ਸੜਕਾਂ ਦੇ ਉੱਤੇ ਗੋਲੀ ਖਾ ਕੇ ਮਰਨਾ ਕੋਈ ਬੁਰੀ ਗੱਲ ਨਹੀਂ। ਲਾਸਟ ਕੁਐਸਚਨ ਮੈਂ ਤੁਹਾਡੇ ਕੋਲ ਕਰਦੀ ਕਿ ਆਪਣੀਆਂ ਬੰਗਾਲ ਦੀਆਂ ਜਿਹੜੀਆਂ ਇਲੈਕਸ਼ਨਸ ਹੋ ਰਹੇ ਆ, ਜੇਕਰ BJP ਉੱਥੇ ਜਿੱਤ ਜਾਂਦੀ ਆ, ਅਤੇ ਆਉਣ ਵਾਲਾ ਭਵਿੱਖ ਜਿਹੜਾ ਆਪਾਂ ਉਹ ਉੱਥੇ ਹੀ ਆ, ਕਿ ਕਿਸਾਨੀ ਅੰਦੋਲਨ ਦਾ ਕਿੱਦਾਂ ਦੇਖੋਗੇ? ਦੇਖੋ ਚੁਣੌਤੀ ਤਾਂ ਹੋਊਗੀ, ਪਰ ਜਿਸ ਵੱਡੇ ਪੱਧਰ 'ਤੇ ਜੰਗ ਛਿੜ ਗਿਆ ਹੋਇਆ, ਠੀਕ ਹੈ ਸਾਨੂੰ ਇੱਕ ਦੋ ਦਿਨ ਬੁਰਾ ਲੱਗੂਗਾ ਕਿਉਂਕਿ ਅਸੀਂ ਉਸਦੇ ਵਿੱਚ ਸ਼ਾਮਿਲ ਹੋਏ ਹਾਂ, ਸਾਡੇ ਲੀਡਰ ਮੈਂ ਵੀ ਗਿਆ ਸੀਗਾ,
कि क्यों जित गया। जो हालात बने हुए हैं इस वे बीजेपी के, वो वाकया ही चोणा जितने वाली मशीन है। और सवाए प्रधानमंत्री नूं चोणा किवें जितनियां उहदे अलावा कोई उहनां दी होर प्रायोरिटी नहीं, देश दी, किसानां दी, मजदूरां दी, नौजवानां दी, कोई उहनां दे मन विच एजेंडा नहीं। चोण जितने वाली मशीन हैगी आ वाकया ही, अज किसे पेपर दे विच हैडलाइन लगी हुई सी। और फिर चोणा लड़दे नहीं, चोणा लुटदे आ। जे ये एटीट्यूड होगा लोगों को फ्री एंड फेयर एक अपरचुनिटी मौका ही नहीं मिलेगा अपनी जिहड़ी अंदर की आवाज़ नूं एक्सप्रैस करन लई वोटां राहीं। ईवीएम तो जिहड़े MLA उन्हां दीआं कारां च तुरियां फिरदियां, घरां च तुरियां फिरदियां, तो कादी चोण होगी, किद्दां दी होगी, उत्थों अंदाजा ला सकदे आ। इसलिए जे हारदे आ TMC जां होर विरोधी पार्टियां हारदियां, BJP जितदी है, तो इस देश की इनूं इकट्ठे रखण लई, इहदे देश दी जिहड़ी एक सद्भावना ते भाईचारा आ उसनूं बहुत वड्डा एक होर खतरा पै रहा। हाँ जी, ते टाइम जिहड़ा हैगा आ हुण अपना इजाजत लैण दा हो गया। जाण तों पहलां अपने वल्लों कुछ तुसीं संदेशा देणा चाहो साडे देखण वालियां नूं। हाँ, मैं सारे वीरां नूं कहूँगा कि जिस तरह आप तीर्थ यात्रा मक्का अपने दरबार साहब गोल्डन टेंपल जाने जेड़ा भी जो भी जिन्हों मौका लगे उन्होंने बच्चों होरना उत्थे टिकरी सिंघू तो गाजीपुर बॉर्डर से उन्हां किसान वीर के जेडे एडे नंगे ताड़े नहीं देर तो इन तकलीफा च लड़ रहे और सेवा कर रहे और एक नमूना पेश कर रहे कि सुंदर जड़ा आपसी भरोसे वाला आपसी प्यार वाला जातां धर्मां तो उपर उठा समाज किहो जिहा हुंदा जिथे किसी कोई चिंता ना हो समाज में देखने का मौका नहीं खंजाना चाहिए उसे जरूर जाना चाहिए। मेरा आखिरी संदेश है। तो प्रोफेसर साहब बहुत बहुत थोड़ा धन्यवाद। तो उम्मीद करते हैं कि साडे दोस्तों जिहड़ियां तुहाडियां गल्लां जिहड़ियां हैगियां आ बहुत ही स्पष्ट हो गई होणगियां, जिहड़े डाउट्स उहनां दे मनां दे विच सीगे। तो उम्मीद करते हैं कि आने वाले समय के भी तुसीं साडा साथ दिओगे। इस किंदा किसानी अंदोलन दीआं तां आपां गल्लां करनियां, बट होर भी जिहड़े मुद्दे हुंदे आ उहनां नूं भी आपां दोस्तां दे सामने थोड़ा निखार के रखण की कोशिश करिए। तो हाँ जी, बहुत बहुत धन्यवाद तुहाडा, थैंक यू सो मच जी। ते दोस्तो अज दा जड़ा ये आपां हॉट लाइन्स दा शो लैके आए सीगे, उहदे विच प्रोफेसर मनजीत सिंह जी दे नाल वार्तालाप होईआं, विचार सांझे कीते गए आ। ते उम्मीद करदी आं कि जिन्हें भी तुहाडे दिमाग दे विच गल्लां चलदियां सीगियां, सवाल चलदे सी, उहनां दे आंसर तुहानूं मिल गए होणगे। ते आउण वाले समें दे विच वी कोशिश पूरी करिआ करांगे कि किसानी अंदोलन नूं लैके होवे भावें होर पक्षमें मुद्दे होण, उहनां नूं तुहाडे नाल रूबरू कराया करांगे वख वख शख्सियतां दे नाल। ते उम्मीद करदी हाँ अज दा शो जिहड़ा हैगा आ तुहानूं आया होगा पसंद। ते हुण मैं लैनी हाँ इजाजत दोस्तों, नैक्सट टाइम मिलदे हाँ किसी होर वक्री शख्सियत दे नाल, तद तक सत श्री अकाल दोस्तों।